ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ਸੱਸ ਤੇ ਨੂੰਹ ਦਾ ਜਿੱਥੇ ਪਿਆਰ ਹੋਵੇ, ਜਿੱਥੇ ਪਤਨੀ ਨੂੰ ਸਮਝਿਆ ਜਾਏ ਸਾਥਣ ਤੇ ਮਾਂ ਦਾ ਪੂਰਨ ਸਤਿਕਾਰ ਹੋਵੇ, ਨੂੰ ਸੱਸ ਨੂੰ ਆਪਣੀ ਮਾਂ ਸਮਝੇ, ਨੂੰ ਸੱਸ ਨੂੰ ਆਪਣੀ ਮਾਂ ਸਮਝੇ ਤੇ ਸੱਸ ਨੂੰ ਨੂੰਹ ਚੋਂ ਧੀ ਦਾ ਦੀਦਾਰ ਹੋਵੇ, ਕਲਾ ਕਲੇਸ਼ ਤੋਂ ਰਹਿੰਦਾ ਏ ਮੁਕਤ ਜਾਚਕ, ਸੱਚਮੁੱਚ ਸੁਖੀ ਪਰਿਵਾਰ ਹੋਵੇ, ਕਲਾ ਕਲੇਸ਼ ਤੋਂ ਰਹਿੰਦਾ ਏ ਮੁਕਤ ਜਾਚਕ, ਸੱਚਮੁੱਚ ਸੁਖੀ ਪਰਿਵਾਰ ਹੋਵੇ। ਗੁਰੂ ਸਾਹਿਬਾਨ ਨੇ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਲਈ ਸਾਡਾ ਮਾਰਗ ਦਰਸ਼ਨ ਕੀਤਾ। ਗੁਰੂ ਸਾਹਿਬਾਂ ਨੇ ਸਿਮਰਨ ਤੇ ਜ਼ੋਰ ਦਿੱਤਾ, ਗੁਰੂ ਸਾਹਿਬਾਂ ਨੇ ਸਿਮਰਨ ਤੇ ਜ਼ੋਰ ਦਿੱਤਾ, ਸਾਡੇ ਜੀਵਨ ਦਾ ਹੈ ਆਧਾਰ ਸਿਮਰਨ। ਆ ਸਬਰ ਸਿਦਕ ਨਾਲ ਸਿਮਰਨ ਨੇ ਜੋ ਕਰਦੇ ਦਿੰਦਾ ਲੋਕ ਪ੍ਰਲੋਕ, ਸਵਾਰ ਸਿਮਰਨ ਹਉਮੈ ਅਤੇ ਦਵੈਤ ਦੇ ਭਾਂਬੜਾ ਨੂੰ ਕਰ ਦਿੰਦਾ ਏ ਠੰਡੜਾ, ਠਾਰ ਸਿਮਰਨ ਤੇ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿਮਰਨ, ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਨਹੀਂ ਕਦੇ ਵੀ ਨਰਕ ਬਣਦਾ ਜਿੱਥੇ ਕਰਦਾ ਏ ਸਾਰਾ ਪਰਿਵਾਰ ਸਿਮਰਨ। ਤੇ ਜਿਸ ਘਰ ਵਿੱਚ ਕਲਾ ਕਲੇਸ਼ ਹੈ ਉਸ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ ਕਿ ਉਸ ਘਰ ਦਾ ਹੁੰਦਾ ਏ ਰੱਬ ਰਾਖਾ, ਉਸ ਘਰ ਦਾ ਹੁੰਦਾ ਏ ਰੱਬ ਰਾਖਾ ਜਿੱਥੇ ਹਰ ਵੇਲੇ ਭਾਂਡੇ ਖੜਕਦੇ ਨੇ, ਸਹਿਣ ਸ਼ਕਤੀ ਨਹੀਂ ਕਿਸੇ ਵਿੱਚ ਰਹੀ ਅੱਜ ਕੱਲ, ਸਹਿਣ ਸ਼ਕਤੀ ਨਹੀਂ ਰਹੀ ਕਿਸੇ ਵਿੱਚ ਅੱਜ ਕੱਲ, ਤੇ ਅੰਦਰ ਈਰਖਾ ਦੇ ਭਾਂਬੜ ਭੜਕਦੇ ਨੇ, ਗੱਲ ਗੱਲ ਤੇ ਗੱਲ ਨੂੰ ਪੈਣ ਆਉਂਦੇ, ਗੱਲ ਗੱਲ ਤੇ ਗੱਲ ਨੂੰ ਪੈਣ ਆਉਂਦੇ, ਇੱਕ ਦੂਜੇ ਦੀ ਅੱਖ ਵਿੱਚ ਰੜਕਦੇ ਨੇ, ਐਸੇ ਘਰਾਂ ਅੰਦਰ ਬੀਪੀ ਹਾਈ ਰਹਿੰਦਾ, ਧੱਕ ਧੱਕ ਸਾਰਿਆਂ ਦੇ ਦਿਲ ਧੜਕਦੇ ਨੇ, ਐਸੇ ਘਰਾਂ ਅੰਦਰ ਬੀਪੀ ਹਾਈ ਰਹਿੰਦਾ, ਧੱਕ ਧੱਕ ਸਾਰਿਆਂ ਦੇ ਦਿਲ ਧੜਕਦੇ ਨੇ। ਤੋ ਜਿਸ ਘਰ ਵਿੱਚ ਕਲਾ ਕਲੇਸ਼ ਰਹਿੰਦਾ, ਜਿਸ ਘਰ ਵਿੱਚ ਕਲਾ ਕਲੇਸ਼ ਰਹਿੰਦਾ ਉਥੋਂ ਆਉਂਦੀ ਪਿਆਰੀ ਆਵਾਜ਼ ਹੀ ਨਹੀਂ, ਜਿਸ ਘਰ ਵਿੱਚ ਕਲਾ ਕਲੇਸ਼ ਰਹਿੰਦਾ ਉਥੋਂ ਆਉਂਦੀ ਪਿਆਰੀ ਆਵਾਜ਼ ਹੀ ਨਹੀਂ, ਇੱਕ ਦੂਜੇ ਤੇ ਜਿੱਥੇ ਹੈ ਸ਼ੱਕ ਰਹਿੰਦਾ ਤੇ ਉਸ ਸ਼ੱਕ ਦਾ ਕੋਈ ਇਲਾਜ ਹੀ ਨਹੀਂ, ਇੱਕ ਦੂਜੇ ਤੇ ਜਿੱਥੇ ਹੈ ਸ਼ੱਕ ਰਹਿੰਦਾ ਤੇ ਇਸ ਸ਼ੱਕ ਦਾ ਕੋਈ ਇਲਾਜ ਹੀ ਨਹੀਂ, ਲਾ ਲਾ ਕੇ ਹਰ ਕੋਈ ਗੱਲ ਕਰਦਾ ਤੇ ਇੱਕ ਦੂਜੇ ਦਾ ਕਰਦੇ
ਲਿਹਾਜ਼ ਹੀ ਨਹੀਂ ਸੱਚ ਜਾਣੋ, ਉਹ ਸੁਖੀ ਪਰਿਵਾਰ ਹੀ ਨਹੀਂ ਤੇ ਸੱਚ ਜਾਣੋ ਉਹ ਸੁਖੀ ਸਮਾਜ ਹੀ ਨਹੀਂ, ਸੱਚ ਜਾਣੋ ਉਹ ਸੁਖੀ ਪਰਿਵਾਰ ਹੀ ਨਹੀਂ ਤੇ ਸੱਚ ਜਾਣੋ ਉਹ ਸੁਖੀ ਸਮਾਜ ਹੀ ਨਹੀਂ। ਘਰ ਦੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਆਪਾਂ ਟੈਕਲ ਕਰਨਾ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਨੇ ਇਸ ਬੰਦ 'ਚ ਦਰਸ਼ਨ ਕਰਿਓ ਕਿ ਕਈ ਤਰ੍ਹਾਂ ਦੇ ਬੱਚੇ ਸਵਾਲ ਪੁੱਛਦੇ, ਕਈ ਤਰ੍ਹਾਂ ਦੇ ਬੱਚੇ ਸਵਾਲ ਪੁੱਛਦੇ। ਅੱਗੋਂ ਪਿਆਰ ਦੇ ਨਾਲ ਸਮਝਾਓ ਬਹਿ ਕੇ, ਹੋ ਜਾਂਦੇ ਨੇ ਛੇਤੀ ਹੀ ਬੋਰ ਬੱਚੇ ਤੇ ਗੱਲਾਂ ਕਰ ਕਰ ਲਾਡ ਲੜਾਓ ਬਹਿ ਕੇ, ਹੋ ਜਾਂਦੇ ਨੇ ਛੇਤੀ ਹੀ ਬੋਰ ਬੱਚੇ ਤੇ ਗੱਲਾਂ ਕਰ ਕਰ ਲਾਡ ਲੜਾਓ ਬਹਿ ਕੇ। ਬੱਚਿਆਂ ਨਾਲ ਭਾਵੇਂ ਦਿਨ ਵਿੱਚ ਇੱਕ ਵਾਰੀ, ਬੱਚਿਆਂ ਨਾਲ ਭਾਵੇਂ ਦਿਨ ਵਿੱਚ ਇੱਕ ਵਾਰੀ ਡਾਇਨਿੰਗ ਟੇਬਲ ਤੇ ਖਾਣਾ ਖਾਓ ਬਹਿ ਕੇ, ਤੇ ਰਾਤ ਸੌਣ ਤੋਂ ਪਹਿਲਾਂ ਫਿਰ ਬੱਚਿਆਂ ਨੂੰ ਕੋਈ ਗੁਰਮਤ ਦੀ ਸਾਖੀ ਸੁਣਾਓ ਬਹਿ ਕੇ, ਰਾਤ ਸੌਣ ਤੋਂ ਪਹਿਲਾਂ ਫਿਰ ਬੱਚਿਆਂ ਨੂੰ ਕੋਈ ਗੁਰਮਤ ਦੀ ਸਾਖੀ ਸੁਣਾਓ ਬਹਿ ਕੇ। ਇਸ ਕਵਿਤਾ ਦਾ ਆਖਰੀ ਬੰਦ ਹੈ ਕਿ ਹਰ ਰੋਜ਼ ਹੀ ਨਵੀਂ ਸਵੇਰ ਆਉਂਦੀ, ਹਰ ਰੋਜ਼ ਹੀ ਨਵੀਂ ਸਵੇਰ ਆਉਂਦੀ ਤੇ ਸਦਾ ਰਹਿੰਦੀ ਨਹੀਂ ਕਦੇ ਵੀ ਰਾਤ ਇੱਕੋ, ਜਿਹੜੀ ਘਰ ਨੂੰ ਨਰਕ ਬਣਾਈ ਰੱਖੇ, ਕਲਾ ਕਲੇਸ਼ ਹੈ ਵੱਡੀ ਅਫਾਤ ਇੱਕੋ, ਆ ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਪੱਲੇ ਬੰਨ ਲਓ ਜਾਚਕ ਦੀ ਬਾਤ ਇੱਕੋ, ਚੜ੍ਹਦੀ ਕਲਾ 'ਚ ਰੱਖੋ ਪਰਿਵਾਰ ਤਾਈਂ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ, ਚੜ੍ਹਦੀ ਕਲਾ 'ਚ ਰੱਖੋ ਪਰਿਵਾਰ ਤਾਈਂ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ।